लग रही जे ना माशाल्लाह एक करी पूरी वीआईपी होंडा। आ फिलहाल तुसी अंदर देखो। हेलो जी, हाँ हम थोड़ा जा रोड क्लियर होया ते आ देखो इसकी स्पीड कोई पिक चेक करो तुसी गड्डी होंडा दी। आ जी माशाल्लाह भनेवा जी अपना अजफर खान ते आ भतीजा जी अपना अली खान। लो जी व्यूअर्स अज अपनी आ गई जी माशाल्लाह होंडा दी बारी। जी अस्सलाम वालेकुम व्यूअर्स, नाउ ठीक ठाक हो? लो जी आ गए अज आप एक नवे ते सोहने जे व्लॉग दे नाल। अज आप व्लॉग दे विच तुहानूं दिखाने आ जी होंडा सिटी। होंडा सिटी दा अज तुहानूं रिव्यू दिंदे आ पूरा अंदरों बाहरों इंटीरियर इंजन वगैरह अज सानूं वो भी विखाने आ। ਟਿਓਟਾ ਦਾ ਤੁਹਾਨੂੰ ਵਿਖਾਤਾ ਜੇ ਤਾਂ ਮੈਂ ਕਿਹਾ ਚਲੋ ਜੀ ਹੁਣ ਤੁਹਾਡੀ ਵਾਰੀ ਆ ਗਈ ਜੇ ਹੋਂਡਾ ਦੀ। ਹੋਂਡਾ ਵੀ ਹੈ ਆਪਣੇ ਕੋਲ, ਜਿਹੜੀ ਚੀਜ਼ ਆਪਣੇ ਕੋਲ ਉਹਦਾ ਹੀ ਰਿਵਿਊ ਦੇਣਾ ਜੀ, ਉਹਦਾ ਹੀ ਸਾਨੂੰ ਪਤਾ ਹੋਣਾ। ਅਤੇ ਹੁਣ ਆਪਾਂ ਤੁਹਾਨੂੰ ਹੋਂਡਾ ਦਾ ਅੱਜ ਰਿਵਿਊ ਦਿੰਦੇ ਹਾਂ, ਸੋਹਣਾ ਜਿਹਾ ਰੱਖ ਕੇ ਹੋਂਡਾ ਦੀਆਂ ਕਪੈਸਿਟੀਆਂ ਦੱਸਦੇ ਹਾਂ, ਨਾਲੇ ਦੋਵਾਂ ਦਾ ਡਿਫਰੈਂਸ ਦੱਸਦੇ ਹਾਂ ਕਿਹੜੀ ਮਜ਼ਾ ਦੇ ਰਹੀ ਆ। ਹਾਲਾਂਕਿ ਦੂਸਰੀ ਨਵੀਂ ਜੇ ਹੋਂਡਾ ਹੈ, ਡੋਨ ਮਾਡਲ ਜੇ, ਲੇਕਿਨ ਹੋਂਡਾ ਹੋਂਡਾ ਜੇ। ਅਤੇ ਅੱਜ ਚੱਲਦੇ ਹਾਂ ਹੋਂਡਾ ਵੱਲ ਨੂੰ ਚੱਲਦੇ ਹਾਂ ਅਤੇ ਹੋਂਡਾ ਦਾ ਅੱਜ ਤੁਹਾਨੂੰ ਪੂਰਾ ਵਲੋਗ ਵਿਖਾਉਂਦੇ ਹਾਂ। ਲਓ ਜੀ ਇਹਦਾ ਐਕਸਲਾਈ ਦਾ ਰਿਵਿਊ ਤਾਂ ਪੂਰਾ ਦੇ ਦਿੱਤਾ ਗਿਆ, ਅੱਜ ਇਹਦੀ ਵਾਰੀ ਜੇ। ਅੱਜ ਇਹਦਾ ਕੱਪੜਾ ਛੱਪੜਾ ਲਾਉਂਦੇ ਹਾਂ, ਅੱਜ ਇਹਦਾ ਤੁਹਾਨੂੰ ਹੋਂਡਾ ਦਾ ਪੂਰਾ ਰਿਵਿਊ ਦਿੰਦੇ ਹਾਂ, ਇਹਦਾ ਇੰਟੀਰੀਅਰ ਵਿਖਾਉਂਦੇ ਹਾਂ, ਇਹਦਾ ਮਾਡਲ, ਇਹਦਾ ਇੰਜਨ। ਲਓ ਜੀ ਵੀਵਰਸ ਅੱਜ ਆਪਣੀ ਆ ਗਈ ਜੇ ਮਾਸ਼ਾਅੱਲਾ ਹੋਂਡਾ ਦੀ ਵਾਰੀ। ਅੱਜ ਆਪਾਂ ਲਓ ਜੀ ਇਹਦਾ ਕੱਪੜਾ ਲਾਤਾ ਜੇ ਮਾਸ਼ਾਅੱਲਾ, ਵੇਖੋ ਸਾਡੀ ਗੱਡੀ ਦੇ ਨਜ਼ਾਰੇ। ਅੱਜ ਤੁਹਾਨੂੰ ਹੋਂਡਾ ਸਿਟੀ ਦਾ ਫੁੱਲ ਰਿਵਿਊ ਦਿੰਦੇ ਹਾਂ ਜੀ, ਉਹਦਾ ਤਾਂ ਤੁਹਾਨੂੰ ਦੇ ਦਿੱਤਾ ਅਤੇ ਦੂਜੀ ਦਾ ਅੱਜ ਇਹਦਾ ਦਿੰਦੇ ਹਾਂ। ਲਓ ਜੀ ਵੀਵਰਸ ਇਹਦਾ ਆਪਾਂ ਤੁਹਾਨੂੰ ਰਿਵਿਊ ਦੇਣਾ, ਅਤੇ ਇਹਦੇ ਵਾਸਤੇ ਪਹਿਲੇ ਆਪਾਂ ਆਹ ਬਾਹਰ ਕੱਢਣੀ ਜੇ। ਆ ਭਾਈ ਨੂੰ ਕਿਹਾ ਜੇ ਆਪਣੇ ਵੱਡੇ ਨੂੰ ਕਿ ਇਹਨੂੰ ਬਾਹਰ ਕੱਢ ਦਿਓ, ਅਤੇ ਫਿਰ ਇਨਸ਼ਾਅੱਲਾ ਤਾਲਾ ਅੱਜ ਤੁਹਾਨੂੰ ਹੋਂਡਾ ਦਾ ਰਿਵਿਊ ਦਿੰਦੇ ਹਾਂ ਪੂਰਾ ਅੰਦਰੋਂ ਬਾਹਰੋਂ ਇੰਟੀਰੀਅਰ ਇੰਜਨ ਹਰ ਚੀਜ਼ ਵਿਖਾਉਂਦੇ ਹਾਂ ਅੱਜ ਤੁਹਾਨੂੰ। ਕੱਢ ਦਿਓ ਭਾਈ ਸਾਹਿਬ ਬਾਹਰ, ਇਹਨੂੰ ਵੀ ਕੱਢ ਦਿਓ ਅਤੇ ਉਹਨੂੰ ਵੀ ਕੱਢ ਦਿਓ। ਆ ਜੀ ਮਾਸ਼ਾਅੱਲਾ ਭਨੇਵਾ ਜੀ ਆਪਣਾ ਅਜ਼ਫਰ ਖਾਨ, ਅਤੇ ਆ ਭਤੀਜਾ ਜੀ ਆਪਣਾ ਅਲੀ ਖਾਨ, ਅਤੇ ਉਹ ਦੂਸਰੀ ਗੱਡੀ 'ਤੇ ਮੇਰਾ ਨਾਮ ਲਿਖਿਆ ਵਾ, ਉਹ ਮੈਂ ਆਪਣੇ ਅੱਬੂ ਦਾ ਮੈਂ ਖਾਨ ਆ ਮੇਰਾ ਲਿਖਿਆ ਜੀ, ਇਹਨਾਂ ਆਪਣੇ ਲਿਖਾ 'ਤੇ। ਲਓ ਜੀ ਇਹਨੂੰ ਕੱਢ ਲਿਆ ਜੇ, ਹੁਣ ਉਹਨੂੰ ਕੱਢਦੇ ਹਾਂ ਅਤੇ ਉਹਨੂੰ ਖਿਲਾਰਦੇ ਹਾਂ, ਬਾਗੇ ਸੋਹਣਾ ਜਿਹਾ ਰਿਵਿਊ ਦਿੰਦੇ ਹਾਂ ਇਨਸ਼ਾਅੱਲਾ, ਮੰਜ਼ਰ ਉੱਥੇ ਸੋਹਣਾ ਜੇ। ਉਹ ਵੀ ਕੱਢ ਦਿਓ ਬਾਹਰ ਜੇ। ਲੋ ਜੀ ਵੀਵਰਸ ਆਪਾਂ ਹੁਣ ਜਾ ਰਹੇ ਹਾਂ, ਗੱਡੀ ਕੱਢ ਲਈ ਜੇ ਘਰੋਂ, ਅਤੇ ਆਪਾਂ ਹੁਣ ਚੱਲੇ ਹਾਂ ਸਿੱਧਾ ਬਾਗੇ। ਬਾਗੇ ਮਾਸ਼ਾਅੱਲਾ ਮੰਜ਼ਰ ਸੋਹਣਾ ਆ ਜਾਂਦਾ ਜੇ, ਲੋਕੇਸ਼ਨ ਸੋਹਣੀ ਜੇ, ਅਤੇ ਆਪਾਂ ਹੁਣ ਬਾਗੇ ਇਹਨੂੰ ਖਿਲਾਰ ਕੇ ਅਤੇ ਤੁਹਾਨੂੰ ਇਹਦਾ ਸੋਹਣਾ ਜਿਹਾ ਰਿਵਿਊ ਦਿੰਦੇ ਹਾਂ ਜੀ। ਲੋ ਜੀ ਵੀਵਰਸ ਚੈੱਕ ਕਰੋ ਜੀ ਹੋਂਡਾ ਦੇ ਮਜ਼ੇ, ਹੋਂਡਾ ਦੇ ਸ਼ਸ਼ਕੇ। ਮੈਂ ਕਿਹਾ ਹੋਂਡਾ ਦਾ ਵੀ ਦਈਏ ਰਿਵਿਊ ਜੀ, ਹੋਂਡਾ ਦਾ ਵੀ ਤੁਹਾਨੂੰ ਸਪੀਡ ਚੈੱਕ ਕਰਾਈਏ। ਇਹਦੀ ਵੀ ਮਾਸ਼ਾਅੱਲਾ ਭਾਈ ਜੀ ਪਿੱਕ ਬੜੀ ਜੇ, ਭਾਵਾਂ ਡੋਨ ਮਾਡਲ ਜੇ, ਪੂਰਾ ਆਪਾਂ ਸਾਂਭ ਕੇ ਰੱਖਿਆ ਜੇ। ਅਤੇ ਮੈਂ ਕਿਹਾ ਚਲੋ ਅੱਜ ਹੋਂਡਾ ਦੀ ਵਾਰੀ ਜੇ, ਅਤੇ ਚਲੋ ਹੋਂਡਾ ਦਾ ਵੀ ਸਪੀਡ ਮੀਟਰ ਵੀ ਭਾਈਆਂ ਨੂੰ ਵਿਖਾਈਏ ਕਿੱਥੇ ਕੁ ਤੱਕ ਹੋਂਡਾ ਸਾਡੀ ਜਾ ਰਹੀ ਜੇ। ਇਹ ਜੇ ਕਿ ਜਾ ਰਹੇ ਹਾਂ ਅਰਬਨ ਏਰੀਆ ਹੀ ਜੇ, ਵਿਲੇਜ ਏਰੀਆ ਜੇ, ਇਸ ਕਰਕੇ ਸਪੀਡ ਬਸ ਪੂਰੀ ਪੂਰੀ ਜੇ, ਬਾਕੀ ਫਿਰ ਵੀ ਚਲੋ ਕੋਈ ਆਸਰਾ ਮਾੜਾ ਮੋਟਾ ਹੀ ਕਰ ਰਹੇ ਹਾਂ। ਆ ਵੇਖੋ ਨਾ ਕਿ ਰਸ਼ ਵੀ ਹੈ ਜੇ, ਰਸ਼ ਦੀ ਵਜ੍ਹਾ ਨਾਲ ਨਾ ਕੋਈ ਸਪੀਡ ਨਹੀਂ ਜਾ ਰਹੀ, ਨਹੀਂ ਤਾਂ ਮਾਸ਼ਾਅੱਲਾ ਇਹ ਵੀ 170-160 ਤੋਂ ਥੱਲੇ ਤੁਹਾਡਾ ਵੀਰ ਨਹੀਂ ਚਲਾਉਂਦਾ। ਹਾਂ ਹੁਣ ਕੋਈ ਥੋੜ੍ਹਾ ਜਿਹਾ ਰੋਡ ਕਲੀਅਰ ਹੋਇਆ ਤਾਂ ਹੈ, ਵੇਖੋ ਇਹਦੀ ਸਪੀਡ ਕੋਈ ਪਿੱਕ ਚੈੱਕ ਕਰੋ ਤੁਸੀਂ ਗੱਡੀ ਹੋਂਡਾ ਦੀ। ਹੋਂਡਾ ਫਿਰ ਹੋਂਡਾ ਜੇ ਜੀ, ਹੋਂਡਾ ਦੇ ਨਾਲ ਤਾਂ ਨਾ ਕੋਈ ਸ਼ਹਿਰ ਆ ਜਾਣੇ, ਕਿਉਂ ਡੋਨ ਭਾਈ? ਵੇਖੋ
माशाल्लाह जा ही रही है उड़ती। होंडा इज होंडा, फिर होंडा का कोई जोड़ नहीं है जी, अगे अपना आराम हो गया जी, इस करके ब्रेक मारनी पै गई जी। बाकी होंडा माशाल्लाह होंडा जी। लो जी विवर्स माशाल्लाह दिलावर मंझ, चैक करो तुसी साड़ी होंडा दी लुक, चैक करो जी होंडा फिर होंडा जे, ओल्ड इज गोल्ड, अलाई रिम लगे जे, न्यू ब्रिज स्टोन दे टायर जे, ते हर चीज़ चल रही जे माशाल्लाह, एकोरेट सिस्टम जे इहदा। ते अज तुहानू मैं क्या इहदा रिव्यू दिंदे आ, बाहरों चैक करो तुसी, फिर तुहानू इहदा इंटीरियर चैक कराने आ हुण अंदर जाके, ते फिर तुहानू इहदी लाइटिंग सैटिंग इहदी डिक्की शिक्की हर चीज़ इंजन वगैरह विखाने आ। आ फिलहाल तुसी अंदर वेखो, हलो जी अंदर आ गए हैं माशाल्लाह, चेक करो एसी चल रहा जे, पूरा मज़ा दे रहा जे एसी दा, एलसीडी ये भी लगी हुई जे, ते मैनुअल तुहानू उदों ही दस्या सी कि आपां मैनुअल दे शकीन आ, हैंड ब्रेक जानदार जे, स्टेयरिंग माशाल्लाह चेक कर लो तुसी, स्टेयरिंग मैं स्टेयरिंग दा ही फैन हाँ जी, होंडा नूं मैं फैन ही स्टेयरिंग करके आ कि माशाल्लाह स्टेयरिंग बहुत सोहना हुंदा जे। ते आ होंडा दी जेनुइन वाच लगी जे, ते आलो जी इहदा एक फायदा जे, इहनू दो दो खाने लगे जे, आ भी लगा जे तुसीं समान वगैरह रख सकदे हो, ते नीचे भी माशाल्लाह काफ़ी कपैसिटी जे, ते इत्थे तुसीं गड्डी दे कागज़ वगैरह रख सकदे हो, अपनी गड्डी दी कापी शापी पई जे, आ हैश जे इहदी जी, हैश आ इहदा जे लैटर, ते लो जी हुण तुहानूं बैक सीटां दी लुक चैक कराने आ। सीटां तुहानूं उदन ही दस्सिया सी कि सीटां होंडा दियां माशाल्लाह पसंद आईयां वा, तो बाकी इहदियां भी तुसीं चैक कर लो, है सोफा जे कंफर्टेबल जे, लेकिन फिर भी वो नवीं सीटां सी, नवीं जरा फिर नवीं जे। तो इधर तुसीं चैक करो आटो जे फुल विंडोज टोटल आटो जे, आ लॉक हो जाता है टोटल, तो आ बटन प्रेस होते शीशे जी, आटो लॉक जे माशाल्लाह सारे फंक्शन ये आप चालू रखे हुए हैं, कोई भी फंक्शन यदा ऐसा नहीं है जोड़ा नहीं चल रहा। तो हूँ तुम यदि लाइटा शाइटा विखाने बहर जाके, लाइटा शाइटा चैक करो, आके आ जाओ डोन भाई बहर। लो जी हम तुम्हें यदि लाइटा शाइटा माशाल्लाह चैक करो, गड्डी दी गड्डी दी लुक चैक करो। लो जी लग रही जी ना माशाल्लाह एक करी पूरी वी आई पी होंडा, आपां फिर तुहानूं पता है एवें नहीं रखी, पूरी सामभ के रखी हुई जी। लो चैक करो सारे भी साइडां वाले टोटल, तुहानूं दस्सिया इहदे सारे सिस्टम माशाल्लाह चल रहे जी। तो हुण इहनूं खोलदे आ, डिक्की विखाइए तुहानूं इहदी, डिक्की दी कपैसिटी दसीए। आलो जी आ माशाल्लाह डिक्की इहदी भी साडे वास्ते ते वाधू आ, फैमिली शैमली बच्चे शच्चे आने हुंदे आ, ते तुसीं चैक करो कि माशाल्लाह बड़ी स्पेस जी। लो जी थोड़ी जी खिच के वज गई जी। तो हुण तुहानूं इहदा विखाने आ जी, आपां बोनट इंजन विखाने आ, बोनट चुक के इंजन दी कपैसिटी दसदे आ, नाले तुहानूं इहदा मॉडल दसदे आ, इहदी प्राइस वगैरह दसदे आ। लो जी बोनट गया जे, खुल डोन भाई बोनट तो चुके आ जे यार, इधर नू करके ना प्रेस ए। चलो चुको आ ला दियो तार नहीं कट के, आ जे आ जे हाँ जी पूरे चलाओ, पहले चला दियो अरे वो पहले चलाओ आ फ्राक च, इत्थे छड़ दियो। लो जी इंजन स्टार्ट ही जे, तो माशाल्लाह तुसी इंजन की हालत चेक करो, जेनुइन फिटिंग चीजे हजे भी चेक करो तुसी, आ वाटर कैन जे, रेडिएटर रेडिएटर दे पानी वाला जी, तो इधर तुसी चेक करो इहदियां गेजां शेजां जे, वो बक्सा जे जी, आ एयर फिल्टर जे, एसी कंप्रेसर लगा जे, एसी माशाल्लाह इहदा बड़ा जानदार जे, आयल गेज लगी जे, जनरेटर लगा जे बैटरी चार्ज करन वाला, कि हर चीज़ माशाल्लाह जेनुइन हालत च, जे कभी कोई शाय खराब भी हुई जे, तो आप समझो होंडा दी लभ के लिया के पाई जेनुइन ही जे, वादा घाटा हो जाता, लेकिन माशाल्लाह रखी आप फुल जेनुइन हालत ही जे। तो लाला जी यदा ए जे 1600 सीसी इंजन जे, जेनुइन होंडा वीटेक, तो 2006 मॉडल जे जी, ये आप सी 2008 जी, 2 साल उदो चली हुई सी, तो आप उस टाइम मिली सी लाला जी ये तकरीबन कोई 13-13.5 लाख की, क्योंकि उदों कारां सस्तियां सीगियां, ते हुण ते माशाल्लाह कोई 2 लाख वध ही मिल रहा जे, चस करा रही जे पूरी। लो डोन भाई लियाओ थले। लो जी इहदा रिव्यू हो गया जी होंडा दा फुल ओके। आ लो जी, लो जी लो डोन भाई ओके हो गया।